ਹਾਂਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ ਦੇ ਵਿੱਚ। ਤੁਹਾਨੂੰ ਆਪਾਂ ਅੱਜ ਦਿਖਾ ਰਹੇ ਹਾਂ ਕਮਾਲ ਦੀ ਚੀਜ਼। ਇੱਧਰ ਖੜਾ ਆਪਣਾ ਪ੍ਰਕਾਸ਼ ਵੀਰਾ, ਮਸ਼ੀਨ ਵੀ ਆਪਾਂ ਧੋ ਰਿਹਾ ਮਸ਼ੀਨ। ਅੱਜ ਆਪਾਂ ਹੁਣ ਚੀਜ਼ ਦਿਖਾ ਰਹੇ ਹਾਂ ਵੀਰੋ, ਆਹ ਪੰਪ ਆ ਸਪਰੇ ਵਾਲਾ, ਇਹ 500 ਲੀਟਰ ਦੀ ਟੈਂਕੀ ਹੈ। ਇਹਦੇ ਨਾਲ ਆਪਾਂ ਸੰਦ ਧੋ ਰਹੇ ਹਾਂ। ਇੱਧਰ ਦੇਖ ਸਕਦੇ ਤੁਸੀਂ, ਆਪਾਂ ਨੇ ਸਭ ਤੋਂ ਪਹਿਲਾਂ ਟਰਾਲੀ ਧੋਈ ਹੈ, ਆਹ ਦੇਖ ਸਕਦੇ ਹੋ। ਅਤੇ ਫਿਰ ਆਪਾਂ ਧੋਈ ਹੈ ਹੈਰੋਂ, ਆਹ ਦੇਖ ਲਓ। ਅਤੇ ਹੁਣ ਆਪਾਂ ਟਰੈਕਟਰ ਧੋ ਰਹੇ ਹਾਂ, ਆਹ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਟਰੈਕਟਰ ਧੋਂਦੇ ਹੋਏ। ਗੁਰਦੀਪ ਟਰੈਕਟਰ ਧੋ ਰਿਹਾ। ਇਹਦੇ ਵਿੱਚ ਵੀ ਸਭ ਤੋਂ ਜਿਹੜਾ ਬੜਾ ਫਾਇਦਾ, 500 ਲੀਟਰ ਪਾਣੀ ਦੇ ਨਾਲ ਆਪਾਂ ਨੇ ਟਰਾਲੀ ਹੈਰੋਂ ਅਤੇ ਟਰੈਕਟਰ ਤਿੰਨੇ ਸੰਦ ਆਪਾਂ ਨੇ ਧੋਤੇ। ਜੇਕਰ ਆਪਾਂ ਸਮਰਸੀਬਲ ਮੋਟਰ ਨਾਲ ਹੈਰੋਂ ਟਰਾਲੀ ਅਤੇ ਟਰੈਕਟਰ ਧੋਂਦੇ ਤਾਂ ਲਗਭਗ ਮੇਰੇ ਹਿਸਾਬ ਨਾਲ ਵੀ 4-5 ਹਜ਼ਾਰ ਲੀਟਰ 5 ਹਜ਼ਾਰ ਲੀਟਰ ਪਾਣੀ ਵੇਸਟ ਹੋਣਾ ਸੀ। ਅਤੇ ਜਿਹੜਾ ਕਿ ਆਪਾਂ ਨੇ 500 ਲੀਟਰ ਪਾਣੀ ਦੇ ਨਾਲ ਟਰਾਲੀ ਹੈਰੋ ਟਰੈਕਟਰ ਧੋਤਾ, ਇਹਦੇ ਨਾਲ ਆਪਾਂ ਲਗਭਗ ਤੁਸੀਂ ਇਹ ਕਿ ਸਾਡੇ 4500 ਲੀਟਰ ਪਾਣੀ ਦੀ ਬੱਚਤ ਹੋਈ ਹੈ। ਚਲੋ ਮੈਂ ਤੁਹਾਨੂੰ ਥੱਲੇ ਦਿਖਾਉਣਾ, ਆਹ ਦੇਖ ਸਕਦੇ ਟਰੈਕਟਰ ਧੋਇਆ ਜਾ ਰਿਹਾ। ਥੱਲੇ ਪਾਣੀ ਬਿਲਕੁਲ ਨਹੀਂ ਹੈਗਾ, ਪੂਰਾ ਪੂਰਾ ਜਿਹਾ ਪਾਣੀ ਹੈ। ਇੱਧਰ ਪਹਿਲਾਂ ਹੈਰੋ ਧੋਤੀ ਹੋਈ ਆਪਾਂ ਨੇ ਦੇਖ ਸਕਦੇ ਹੋ, ਅਤੇ ਇਹ ਤੋਂ ਪਹਿਲਾਂ ਆਪਣੇ ਟਰਾਲੀ ਧੋਈ ਹੈ। ਇਹ ਆਪਣਾ ਵੀਰੋ ਪਾਣੀ ਨੂੰ ਜਿਹੜੀ ਆਪਣੀ ਵੇਸਟ ਹੁੰਦੀ ਹੈ, ਚੱਲ ਆਪਾਂ ਡੰਗਰਾਂ ਵਾਂਗ ਸਮਰਸੀਬਲ ਆਪਣੀ ਘਰ ਵਾਲੀ ਮੋਟਰ ਹੱਕਦੇ ਹਾਂ ਅਤੇ ਪਾਇਪ ਲਾਉਂਦੇ ਹਾਂ ਆਪਾਂ। ਜਿਹੜਾ ਜਿਹੜਾ ਚੱਲ ਰਿਹਾ ਪਾਣੀ, ਕਦੇ ਆਪਾਂ ਨੇ ਟਰੈਕਟਰ ਧੋ ਲਿਆ, ਕਦੇ ਆਪਣੇ ਗੱਡੀ ਧੋ ਲਈ, ਅਤੇ ਪੂਰਾ ਪਾਣੀ ਆਪਾਂ ਵੇਸਟ ਕਰਦੇ ਹਾਂ। ਤੁਹਾਨੂੰ ਪਤਾ ਵੀ ਪਾਣੀ ਆਪਣੇ ਜੀਵਨ ਲਈ ਕਿੰਨਾ ਜ਼ਰੂਰੀ ਹੈ। ਇਹਦੇ ਕਰਕੇ ਆਪਾਂ ਨੂੰ ਪਾਣੀ ਦੇ ਬਚਾਉਣ ਦੇ ਕਾਰਨ ਆਪਾਂ ਜਿਹੜਾ ਆਪਣਾ ਟਰੈਕਟਰ ਵਾਲਾ ਪੰਪ ਆ, ਇਹਦੇ ਨਾਲ ਆਪਾਂ ਸੰਦ ਧੋ ਲੈਂਦੇ ਹਾਂ ਆਪਾਂ। ਹੁਣ 500 ਲੀਟਰ ਦੀ ਟੈਂਕੀ ਹੈ, 500 ਲੀਟਰ ਦੀ ਟੈਂਕੀ ਦੇ ਨਾਲ ਆਪਣੇ ਟਰੈਕਟਰ ਹੈਰੋਂ ਅਤੇ ਟਰਾਲੀ ਧੋਏ ਗਏ। ਜੇਕਰ ਆਪਾਂ ਮੇਰੇ ਹਿਸਾਬ ਨਾਲ ਵੀ ਇਹਨਾਂ 3 ਸੰਦਾਂ ਨੂੰ ਧੋਂਦੇ ਤਾਂ ਆਪਾਂ ਨੇ 3 ਸੰਦਾਂ ਦੇ 5 ਹਜ਼ਾਰ ਲੀਟਰ ਪਾਣੀ ਆਰਾਮ ਨਾਲ ਵੇਸਟ ਕਰ ਲੈਣਾ ਸੀ। ਕਿਉਂਕਿ ਫਿਰ ਆਪਾਂ ਜਦ ਮੋਟਰ ਚੱਲਦੀ ਹੁੰਦੀ ਹੈ ਸਮਾਪਤੀ ਵੱਲ, ਫਿਰ ਆਪਾਂ ਇਹ ਨਹੀਂ ਦੇਖਦੇ ਵੀ ਕਿੰਨਾ ਪਾਣੀ ਚੱਲ ਰਿਹਾ ਹੈ, ਕੀ ਚੱਲ ਰਿਹਾ। ਆਪਾਂ ਜਦ ਤੱਕ ਨੂੰ ਤਸੱਲੀ ਨਹੀਂ ਹੁੰਦੀ ਆਪਾਂ ਪਾਣੀ ਡੋਲਦੇ ਹੀ ਰਹਿੰਦੇ ਹਾਂ। ਬਾਕੀ ਇਹ ਹੈ ਆਪਣਾ ਮੇਨ ਮਕਸਦ ਹੈ ਵੀਡੀਓ ਬਣਾਉਣ ਦਾ। ਆ ਦੇਖ ਸਕਦੇ ਇਹਦੇ ਵਿੱਚ ਪ੍ਰੈਸ਼ਰ ਦੇ ਵਿੱਚ ਪਾਣੀ ਆਉਂਦਾ ਹੈ ਅਤੇ ਬਹੁਤ ਘੱਟ ਪਾਣੀ ਲੱਗਦਾ, ਤਾਂ ਕਿ ਆਪਾਂ ਸਾਰਿਆਂ ਨੂੰ ਇੱਕ ਸੁਨੇਹਾ ਦੇ ਸਕੀਏ ਵੀ ਪਾਣੀ ਆਪਣਾ ਬਚਾਓ। ਤੁਹਾਨੂੰ ਪਤਾ ਪਾਣੀ ਆਪਣੇ ਜੀਵਨ ਲਈ ਕਿੰਨਾ ਜ਼ਿਆਦਾ ਜ਼ਰੂਰੀ ਹੈ। ਜੇਕਰ ਆਪਾਂ ਪਾਣੀ ਵੇਸਟ ਕਰਾਂਗੇ ਤਾਂ ਤੁਹਾਨੂੰ ਪਤਾ ਅੱਜ ਕੱਲ੍ਹ ਫੈਸਲੀ ਕਹਿੰਦੀ ਹੈ ਵੀ ਆਉਣ ਵਾਲੇ 5-7 ਸਾਲਾਂ ਦੇ ਵਿੱਚ ਪਾਣੀ ਜਿਹੜਾ ਆਪਣਾ ਧਰਤੀ ਦੇ ਵਿੱਚੋਂ ਖਤਮ ਹੋਣ ਦੀ ਕਗਾਰ 'ਤੇ ਆ। ਤੁਹਾਨੂੰ ਪਤਾ ਹੁਣ ਵੀ 150-150 ਫੁੱਟ ਪਾਣੀ ਪਹੁੰਚ ਗਿਆ ਆਪਣੇ ਉਰੇ, ਜਦਕਿ ਮੇਰੇ ਸਹੁਰੇ ਨੇ ਕੱਦ ਵੀ ਬਣੀ ਉੱਥੇ 250 ਫੁੱਟ 'ਤੇ ਪਾਣੀ 'ਚ ਰਹਿ ਗਿਆ, 240 ਫੁੱਟ ਪਾਣੀ ਚੱਲ ਰਿਹਾ। ਤੁਹਾਨੂੰ ਪਤਾ ਜੇਕਰ ਆਪਾਂ ਪਾਣੀ ਆਪਣੇ ਵੇਸਟ ਕਰਦੇ ਰਹਾਂਗੇ ਤਾਂ ਆਪਣਾ ਪੰਜਾਬ ਆ ਜਿਹੜਾ ਉਹਨੂੰ ਰਾਜਸਥਾਨ ਬਣਦੇ ਦੇਰ ਨਹੀਂ ਲੱਗਣੀ ਹੈਗੀ। ਇਸ ਲਈ ਆਪਾਂ ਪਾਣੀ ਨੂੰ ਬਚਾਉਣ ਦੇ ਕਾਰਨ ਆਪਾਂ ਪੰਪਰਾਂ ਧੋਲਦੇ ਹਾਂ। ਇਹ ਜਿਹੜਾ ਸਭ ਤੋਂ ਬੜਾ ਫਾਇਦਾ ਕੀ ਹੁੰਦਾ ਹੈ, ਇਹ ਤਾਂ ਮਿੰਟ ਘੱਟ ਲਾ ਦੇ ਹੋਊਗੇ ਪ੍ਰੈਸ਼ਰ ਹੁੰਦਾ ਇਹਦਾ। ਜੇਕਰ ਆਪਾਂ ਤੁਸੀਂ ਹੁਣ ਮੋਟਰ ਨਾਲ ਧੋਨੇ ਹਾਂ ਤੁਹਾਨੂੰ ਪਤਾ ਆਪਣੂੰ ਪਹਿਲਾਂ ਲੀਰਾ ਕੱਪੜਾ ਜਿਹਾ ਬਹੁਤ ਮਾਰਨਾ ਪੈਂਦਾ, ਪੋਚਾ ਕੰਮ ਮਾਰਦੇ ਬਿਮਾਰ। ਇਹਦੇ ਨਾਲ ਆਪਣੀ ਬੱਚਤ ਬਹੁਤ ਹੁੰਦੀ ਹੈ, ਤੁਹਾਨੂੰ ਇਹਦਾ ਸਭ ਤੋਂ ਬੜਾ ਫਾਇਦਾ ਇਹ ਆਪਣੇ ਕਿਤਾ ਟਾਈਮ ਬਚਦਾ ਹੈ, ਕਿਉਂਕਿ ਇਹ ਆਪਣਾ ਘੱਟ ਟਾਈਮ ਦੇ ਵਿੱਚ ਧੋ ਦਿੰਦਾ ਹੈ ਅਤੇ ਬਚਾਉਣੀ ਮਿਹਨਤ ਬਚਦੀ ਹੈ। ਅਤੇ ਤੀਜਾ ਸਭ ਤੋਂ ਬੜੀ ਜ਼ਰੂਰਤ ਚੀਜ਼ ਜ਼ਿੰਦਗੀ ਦੇ ਲਈ ਪਾਣੀ, ਪਾਣੀ ਦੀ ਬਹੁਤ ਜ਼ਿਆਦਾ ਬੱਚਤ ਹੁੰਦੀ ਹੈ। ਇਸ ਲਈ ਆਪਾਂ ਜਿਹੜਾ ਸੰਭ ਧੋਨੇ ਹਾਂ ਇਹੀ ਆਪਣਾ ਮੇਰਾ ਮੇਨ ਜਿਹੜਾ ਮੈਸੇਜ ਤੁਹਾਡੇ ਲਈ ਬਚਾਉਣਾ ਸੀ ਵੀ ਪਾਣੀ ਜੇਕਰ ਕਿਸੇ ਮੇਰੇ ਵੀਰ ਕੋਲ ਟਰੈਕਟਰ ਵਾਲਾ ਪੰਪ ਆ ਤਾਂ ਉਹਦੇ ਕੋਲ ਸੰਦ ਧੋੜਿਆ ਕਰੋ, ਬਹੁਤ ਘੱਟ ਪਾਣੀ ਦੇ ਵਿੱਚ ਆਪਣਾ ਸੰਦ ਧੋਏ ਜਾਂਦੇ ਨੇ। ਬਾਕੀ ਇਹੀ ਆਪਣਾ ਮੇਨ ਮੈਸੇਜ ਸੀ ਤੁਹਾਨੂੰ ਦੇਣ ਲਈ। ਬਾਕੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਹ ਦੇਖ ਸਕਦੇ ਤੁਸੀਂ ਹਾਲੇ ਵੀ ਆਪਣਾ ਟੈਂਕੀ ਦੇ ਪਾਣੀ ਪਿਆ। ਅਤੇ ਹੁਣ ਜਾ ਕੇ ਸੁਪਰ ਸੀਡਰ ਨੂੰ ਲੱਗ ਗਿਆ ਗੁਰਦੀਪ, ਤਾਂ ਉੱਥੇ ਸੰਦ ਨੂੰ ਤੁਹਾਨੂੰ ਮੈਂ ਦਿਖਾਉਣਾ ਹੈ ਇਹਦੇ ਵਿੱਚ ਪਾਣੀ ਦੇਖ ਸਕਦੇ ਹੋ ਕਿੰਨਾ ਕੁ ਪਿਆ। ਸਾਡੇ ਵੀ ਲਗਭਗ 100 ਲੀਟਰ ਪਾਣੀ ਹੈ ਟੈਂਕੀ ਦੇ ਵਿੱਚ। ਸੁਪਰ ਸੀਡਰ ਜਿਹੜਾ ਆਪਣਾ ਰਾਮਗੜ੍ਹ ਧੋਇਆ ਜਾਊਗਾ, ਕਿਉਂਕਿ ਹੁਣ ਸੁਪਰ ਸੀਡਰ 'ਤੇ ਆਪਣੇ ਤਾਂ ਇੰਨੀ ਆਪਣੀ ਮਿੱਟੀ ਨਹੀਂ ਖੜਾ ਹੀ ਹੈ, ਚਲ ਵੈਸੇ ਹੀ ਪਾਣੀ ਮਾਰ ਰਿਹਾ ਕਰਦਾ ਕੁਰਦਾ ਜਿਹਾ ਪਿਆ ਵਾ ਇਹ।
ਅਜੇ ਸਾਹਿਬ ਦੇ ਹੈਰੋ ਟਰਾਲੀ ਟਰੈਕਟਰ ਅਤੇ ਸੁਪਰ ਸੀਡਰ ਆਰਾਮ ਨਾਲ ਚਾਰ ਥਾਂ ਧੋਏ ਜਾਣਗੇ 500 ਲੀਟਰ ਪਾਣੀ ਦੇ ਵਿੱਚ। ਬਾਕੀ ਆਪਣੀ ਵੀਡੀਓ ਬਣਾਉਣ ਦਾ ਮੇਨ ਮਕਸਦ ਸੀ ਵੀ ਪਾਣੀ ਦੀ ਆਪਾਂ ਬੱਚਤ ਕਰੀਏ, ਮੈਸੇਜ ਦੇ ਸਕੀਏ। ਜੇਕਰ ਵੀਡੀਓ ਵਧੀਆ ਲੱਗੀ ਹੋਵੇ ਪਲੀਜ਼ ਸਾਨੂੰ ਚੈਨਲ ਸਬਸਕ੍ਰਾਈਬ ਕਰਕੇ ਬੈਲ ਦਾ ਆਈਕੋਨ ਦਬਾਓ। ਸਾਡੀ ਵੀਡੀਓ ਕੋਲ ਲਾਈਕ ਸ਼ੇਅਰ ਐਂਡ ਕਮੈਂਟ। ਧੰਨਵਾਦ।